ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਵੈਲਕਮ ਬੈਕ ਟੂ ਮਾਈ ਨਿਊ ਵਲੌਗ, ਦਿਸ ਆਈਡੀ ਇਜ਼ ਰਮਨਦੀਪ ਸਿੰਘ, ਤੁਸੀਂ ਦੇਖ ਰਮਨ ਕੇ ਵਲੌਗ। ਉਹਨਾਂ ਦਾ ਤਕਰੀਬਨ ਇੱਕ ਮਹੀਨਾ ਹੋ ਗਿਆ ਹੋਣਾ ਇਸ ਚੈਨਲ 'ਤੇ ਆਪਾਂ ਵਲੌਗ ਨਹੀਂ ਪਾ ਸੀਗਾ, ਅਤੇ ਹੁਣ ਆਪਾਂ ਵਲੌਗ ਪਾਉਣੇ ਸ਼ੁਰੂ ਕਰ ਰਹੇ ਹਾਂ ਜੀ। ਕੈਮਰੇ ਚ ਨਹੀਂ ਆ ਰਿਹਾ। ਅੱਛਾ ਇਹ ਦੇਖ ਭਰਾ, ਦੋਨੋਂ ਆਣਗੇ। ਉਹ ਦੇਖ ਆ ਗਿਆ, ਇਹ ਨਹੀਂ ਆ ਰਿਹਾ, ਉਹ ਦੇਖੋ। ਸ਼ੰਟਿੰਗ ਸੇ ਸਾਵਧਾਨ। ਅਮਨ ਅੱਜ ਵੋਟ ਪਾਉਣ ਜਾ ਰਿਹਾ, ਪਹਿਲੀ ਵਾਰ ਨਹੀਂ ਦੂਜੀ ਵਾਰ। ਅਮਨ ਇੰਨਾ ਐਕਸਾਈਟਿਡ ਆ ਨਾ, ਕਹਿੰਦਾ ਕੱਲ ਸਾਰੀ ਰਾਤ ਮੈਂ ਸੁੱਤਾ ਨਹੀਂ। ਹੈ ਨਾ ਡੈਡੀ ਮੇਰੇ, ਉਹ ਡੈਡੀ ਵੀ ਆ ਗਿਆ। ਅਮਨ ਦੇ ਡੈਡੀ ਤਾਂ ਸੈਰ ਕਰ ਰਿਹਾ, ਬਾਕੀ ਅਮਨ ਵੋਟਰ ਕਾਰਡ ਵਾਸਤੇ ਜ਼ਿਆਦਾ ਘੁੰਮ ਰਿਹਾ। ਵੋਟਰ ਕਾਰਡ ਵੀ ਜੇਬ 'ਚ ਪਾਇਆ ਭਾਈ। ਆਹੋ ਸਟੇਸ਼ਨ ਆ ਗਿਆ, ਸਾਡਾ ਕੀ ਸਕੈਡਿਊਲ ਹੈ, ਆਪਾਂ ਸਵੇਰੇ ਸਿੱਧਾ ਜਾਂਦੇ ਹਾਂ ਗਰਾਊਂਡ ਜਾ ਕੇ ਨਾ, ਫਿਰ ਇੱਧਰੋਂ ਰੇਲਵੇ ਗਰਾਊਂਡ ਤੋਂ ਹੋ ਕੇ ਸਟੇਸ਼ਨ ਤੋਂ ਜਾ ਕੇ ਫਿਰ ਆਪਾਂ ਘਰੇ ਨਿਕਲੀ ਦੇ। ਐਂ ਮੁੰਡਾ ਸ਼ਰਮਾ ਗਿਆ, ਪਕੜੋ 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 ਪਕੜੋ। ਇੱਥੇ ਆ ਕੇ ਨਾ ਫਰੈਸ਼ਨੈਸ ਹੀ ਫੀਲ ਹੁੰਦੀ, ਤੁਹਾਨੂੰ ਵੀ ਹੁੰਦੀ? ਇੱਕ ਤੁਹਾਨੂੰ ਵੀ ਹੁੰਦਾ ਯਾਰ, ਵਧੀਆ ਸਾਫ਼ ਸੁਥਰਾ ਸਟੇਸ਼ਨ ਹੈਗਾ, ਇੱਧਰ ਚੜੋ ਥੋੜ੍ਹਾ ਫਰੈਸ਼ਨੈਸ ਹੀ ਆ ਜਾਂਦੀ ਹੈ ਸਾਰਾ ਦਿਨ, ਫਿਰ ਵਧੀਆ ਬੰਦਾ ਐਕਟਿਵ। ਸਾਹਮਣੇ ਹੋ ਰਹੀ ਗ੍ਰੀਨ ਲਾਈਟ, ਦੈਟ ਮੀਨਸ ਟ੍ਰੇਨ ਆ ਰਹੀ ਸਾਹਮਣੇ। ਆ ਦੇਖੋ ਫਰਕਪੁਰ ਦਾ ਬਾਜ਼ਾਰ ਸਵੇਰੇ ਸਵੇਰੇ ਬੰਦ ਪਿਆ, ਦਿਨ ਉਰੇ ਪੂਰੀ ਚਹਿਲ ਪਹਿਲ ਹੁੰਦੀ, ਪੂਰੀ ਨਹੀਂ ਹੁੰਦੀ, ਅੱਧੀ ਹੁੰਦੀ ਹੈ। ਤੁਹਾਨੂੰ ਅੱਜ ਕੱਲੀ ਕੱਲੀ ਦੁਕਾਨ ਮੈਂ ਜਾਂਦਾ ਦਿਖਾਉਂਦਾ ਕਿਹੜੀ ਕਿਸ ਚੀਜ਼ ਦੀ ਹੈ। ਇੱਥੋਂ ਸ਼ੁਰੂ ਕਰਦੇ ਹਾਂ ਆਪਾਂ ਪੁਲਿਸ ਚੌਂਕੀ ਦੇ ਬੋਰਡ ਦੇ ਨਾਲੋਂ, ਪਹਿਲੀ ਐਨ ਆਈ ਦੀ, ਦੂਜੀ ਕੋਸਮੈਟਿਕ, ਤੀਜੀ ਕੰਪਿਊਟਰ ਸ਼ੋਪ, ਫਿਰ ਬੰਦ ਹੈ, ਫਿਰ ਕੱਪੜੇ ਦੀ ਸ਼ੋਪ ਹੈ। ਠੀਕ ਹੈ, ਸਮਝ ਗਏ? ਤੂੰ ਸਮਝ ਗਿਆ? ਉਸ ਤੋਂ ਮੈਂ ਉੱਥੇ ਦੱਸ ਕੇ, ਉੱਥੇ ਕਿਹੜੀ ਦੱਸੀ ਸੀ ਕਾਰ ਕੋਲ? ਕਾਰ ਕੋਲ ਤਾਂ ਦੱਸੀ ਨਹੀਂ। ਫਿਰ ਤੂੰ ਨਾਲ ਕਹਿ ਰਿਹਾ, ਮੈਂ ਸਮਝ ਗਿਆ। ਮੈਂ ਤੁਹਾਨੂੰ ਦੱਸਣਾ, ਇਹ ਹੈਗੀ ਫਾਸਟ ਫੂਡ ਦੀ ਸ਼ੋਪ, ਇਹ ਹੈਗੀ ਖਾਲੀ ਪਈ ਹੈ, ਇਹ ਘਰ ਹੈ ਕਿਸੇ ਦਾ, ਇਹ ਚੋਪੜਾ ਗਾਰਮੈਂਟ ਆ ਗਿਆ, ਇਹ ਵੀ ਚੋਪੜਾ ਗਾਰਮੈਂਟ ਦਾ ਫੀਮੇਲ ਵਰਜ਼ਨ ਆ ਗਿਆ ਉਰੇ, ਅਤੇ ਇਹ ਵੀ ਫੈਸ਼ਨ ਹੱਬ, ਇਹ ਵੀ ਕੱਪੜੇ ਦੁਕਾਨ, ਇਹ ਵੀ ਕੱਪੜੇ ਦੁਕਾਨ, ਇਹ ਬੰਦ ਪਈ ਹੈ। ਉਹ ਤੋਂ ਬਾਅਦ ਠੀਕ ਹੈ, ਨਹੀਂ ਇਹ ਤਾਂ ਬੰਦ, ਉਹ ਤੋਂ ਬਾਅਦ ਮੈਂ ਸਾਰੀ ਦੱਸਦੀ ਆ ਨਾ। ਬਾਕੀ ਅੱਗੇ ਉਹ ਦੇਖੋ ਸਾਹਮਣੇ ਪੋਲਿੰਗ ਬੂਥ ਆ ਗਿਆ, ਇਹ ਜੀ ਐਸ ਟੀ ਨੰਬਰ ਆ ਗਿਆ ਕਿਸੇ ਦਾ, ਇਹ ਉਹ ਸਾਹਮਣੇ ਰੇਹੜੀ ਆ ਗਈ। ਹਾਂ ਦੱਸ, ਰੇਹੜੀ 'ਚ ਕਿੰਨੇ ਟਾਇਰ ਹੁੰਦੇ ਆ, ਪੈਰ ਕਿੰਨੇ ਹੁੰਦੇ ਆ? ਤਿੰਨ ਟਾਇਰ ਹੁੰਦੇ ਭਰਾਵਾ, ਦੇਖਦੇ ਆ। ਇਸ 'ਚ ਤਾਂ ਇੱਕ ਦੋ ਤਿੰਨ ਤਿੰਨ ਟਾਇਰ ਆ ਦੇਖੋ। ਹੋ ਗਏ ਨੇ ਸਰ।
ਤੁਸੀਂ ਕਮੈਂਟ ਕਰਕੇ ਦੱਸਿਓ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਹੋ ਜਿਹੜਾ ਹਰਿਆਣਾ ਤੋਂ ਵੀਡੀਓ ਦੇਖ ਰਿਹਾ, ਅਮਨ ਕਿਹੜੀ ਨੂੰ ਪਾ ਰਿਹਾ ਵੋਟ? ਪਾ ਰਿਹਾ ਅਮਨ ਦੀ ਵੋਟ ਨਹੀਂ ਬਣੀ, ਝੂਠ ਬੋਲ ਰਿਹਾ, ਬਣੀ ਹੋਈ ਹੈ ਇਹਦੀ। ਮੈਂ ਕੱਲ ਤੁਹਾਨੂੰ ਇਹਦੇ ਹੱਥ ਤੇ ਸਟicker ਦਿਖਾਵਾਂ, ਕੱਲ ਕੱਲ ਇਹਦੇ ਹੱਥ ਤੇ ਨਾ ਇਹ ਵਾਲੀ ਉਂਗਲੀ ਤੇ ਨਿਸ਼ਾਨ ਲੱਗਿਆ ਦਿਖਾਵਾਂਗਾ। ਬਾਕੀ ਆਪਾਂ ਤੇ ਪਾ ਦੇਣੀ ਹੈ ਯਾਰ। ਕਿਹਨੂੰ ਪਾਣੀ ਹੈ? ਤੁਸੀਂ ਕਮੈਂਟ ਕਰਕੇ ਦੱਸਿਓ ਯਾਰ ਮੈਂ ਕਿਸ ਪਾਰਟੀ ਨੂੰ ਵੋਟ ਪਾਈ ਹੋਣੀ, ਤੇ ਆਪਣਾ ਵੀ ਦੱਸਿਓ, ਮੇਰਾ ਵੀ ਦੱਸਿਓ, ਅੰਦਾਜ਼ਾ ਲਾਇਓ ਮੈਂ ਕਿਹਨੂੰ ਪਾਈ ਹੈ, ਕਿਉਂਕਿ ਮੈਂ ਜਿਹੜੀ ਨੂੰ ਪਾ ਰਿਹਾ ਉਹਦੀ ਥੋੜ੍ਹੇ ਦਿਨ ਪਹਿਲਾਂ ਸਟੋਰੀ ਵੀ ਪਾਈ ਸੀ। ਹੁਣ ਟਾਈਮ ਹੋ ਗਿਆ ਮੇਰਾ, ਅਮਨ ਦਾ ਅਤੇ ਦੀਦੀ ਦਾ ਜਾਣ ਦਾ ਵੋਟ ਪਾਉਣ। ਮੰਮੀ ਪਾਪਾ ਸਵੇਰੇ ਪਾਇਆ ਹੈ, ਆਪਾਂ ਉਹ ਤੁਹਾਨੂੰ ਘੁਮਾ ਕੇ ਲਿਆਉਂਦੇ ਹਾਂ ਅਤੇ ਬਾਜ਼ਾਰ ਦਿਖਾਉਂਦੇ। ਸਰ 12:30 ਇੱਕ ਵਜੇ ਦਾ ਟਾਈਮ ਹੈ, ਬਾਕੀ ਆਪਾਂ ਹੁਣ ਚੱਲੇ ਹਾਂ ਵੋਟ ਪਾਉਣ। ਅਮਨ ਕਿਹਨੂੰ ਪਾਣੀ ਵੋਟ? ਮੈਂ ਪਤਾ ਕਿਹਨੂੰ ਪਾਣੀ ਹੈ, ਅੰਦਰ ਮਸ਼ੀਨ ਲੱਗ ਰਹੀ ਹੈ ਇੱਕ, ਉਹਦੇ ਵਿੱਚ ਇੱਕ ਨਿਸ਼ਾਨ ਹੋਏਗਾ, ਉਹਨੂੰ ਪਾਣੀ ਹੈ। ਚਲੋ ਜੀ ਆਪਾਂ ਪਹੁੰਚ ਗਿਆ ਘਰੇ, ਵੋਟ ਪਾ ਕੇ ਫੋਨ ਆਪਾਂ ਕਿਹਨੂੰ ਪਾਈ ਉਹ ਤੁਹਾਨੂੰ ਫਿਰ ਦੱਸਾਂਗੇ ਕਦੇ। ਬਾਕੀ ਕਾਕਾ ਸੁੱਤਾ ਪਿਆ ਸੀ ਹਨਾ ਕਾਕਾ? ਹਾਂ ਕਾਕਾ ਦੇਖਿਓ ਕਿੰਨੀ ਤੇਜ਼ ਬਾਹਰ ਜਾਏਗੀ, ਬਾਹਰ ਆਓ, ਵਾਪਸ ਆਓ, ਵਾਪਸ ਆਓ, ਚਲੋ ਕਾਕੇ ਬਾਏ ਬਾਏ। ਹਾਂਜੀ ਮਾਮ ਪੀਆਂਗੇ, ਮਾਮ ਮਾਮ ਪੀਆਂਗੇ, ਚਲੋ ਮਾਮ ਪੀਓ। ਯਾਰ ਕੋਈ ਕਹਿ ਦੇਗਾ ਅਕਤੂਬਰ ਚੱਲ ਰਿਹਾ ਧੁੱਪ ਦੇਖਿਓ। ਹੈਰੀ ਤੇਰੇ ਨਿਸ਼ਾਨ ਨੀ ਲਗਾਇਆ, ਉਹ ਦਿਖਾਈਓ ਮੇਰੇ ਤੋਂ ਲਾ ਦਿਆ, ਇਹ ਦੇਖੋ ਜਾ ਵੀ ਚਾਚਾ ਚਾਚਾ ਭਤੀਜੀ ਬੁਲਾਰੀ ਤੇਰੀ ਰੌਣਕ ਨੇ ਸਭ ਸੇ
ਕਿਆ ਕਰਾ ਰੰਗ ਕੌਨ ਸਾ ਰੰਗ ਯਾਰ ਉਹ ਨਾ ਉਹਦੇ ਲੱਗਦਾ ਜਿਹੜਾ ਵੋਟ ਪਾਉਂਦਾ ਤੂੰ ਨੀ ਨਾ ਪਾਈ ਤੇਰੀ ਮੰਮੀ ਨੇ ਪਾਈ ਹੈ ਰੌਣਕ ਨੇ ਨੀ ਪਾਈ ਰੌਣਕ ਦੇ ਨੀ ਲੱਗਿਆ ਸਾਡੇ ਸਾਰਾ ਦੇ ਲੱਗੇ ਆ ਜਦੋਂ 18 ਸਾਲ ਦਾ ਹੁੰਦਾ ਨਾ ਬੰਦਾ ਅਭੀ ਕਿਤਨੇ ਸਾਲ ਕਿਉਂ ਆਪ ਸਾਤ ਅਭੀ 11 ਸਾਲ ਬਾਅਦ 18 ਹੋਏਗਾ ਨਾ ਫਿਰ ਲੱਗੇਗਾ ਤੇਰੇ